ਗੁਰਦਾਸ ਟਾਈਗਰ ਫੋਰਸ ਪੰਜਾਬ ਉਹ ਸਾਰੀਆਂ ਸਾਗਰ ਧੰਨ ਧੰਨ ਸਤਿਗੁਰ ਗੁਰਦਾਸ ਮਹਾਰਾਜ ਦੇ 647ਵੇਂ ਪ੍ਰਕਾਸ਼ ਦਿਹਾੜੇ ਦੇ ਵਿੱਚ ਸਾਰੇ ਇਕੱਠ ਹੋਏ ਆ। ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਗੁਰਦੇਵ ਜੈ ਭੀਮ। ਸੋ ਅੱਜ ਸਤਿਗੁਰੂ ਗੁਰਦਾਸ ਮਹਾਰਾਜ ਦੀ ਅਪਾਰ ਕਿਰਪਾ ਦੀ ਅੱਜ ਅਸੀਂ ਪੂਰੇ ਵਰਲਡ ਦੇ ਸੰਸਾਰ 'ਚ ਦੇਸ਼ਾਂ ਵਿਦੇਸ਼ਾਂ 'ਚ ਸਾਡੇ ਲੋਕ ਵਸਦੇ ਆ, ਜੋ ਸਾਰੇ ਹੀ ਬੜੀ ਸ਼ਰਧਾ ਦੇ ਨਾਲ ਆਪਣੇ ਰਹਿਬਰਾਂ ਦਾ ਪ੍ਰਕਾਸ਼ ਜਿਹੜਾ ਮੰਨਦੇ। ਪਿਛਲੇ ਸਾਲ ਤੁਸੀਂ ਦੇਖਿਆ ਹੋਣਾ ਵੀ ਬਹੁਤ ਜ਼ਿਆਦਾ ਲੋਕ ਜਿਹੜੇ ਆ ਸਾਡੇ ਸਤਿਗੁਰਾਂ ਨੂੰ ਭਗਤ ਲੈ ਕੇ ਬੜੀਆਂ ਵਧਾਈਆਂ ਦਿੱਤੀਆਂ, ਲੱਖ ਲੱਖ ਮੁਬਾਰਕਾਂ ਦਿੱਤੀਆਂ ਸੀਗੀਆਂ। ਅਤੇ ਉਸ ਟਾਈਮ ਅਸੀਂ ਕਾਂਚੀਪੁਰ ਨਾਲ ਸੀਗੇ ਅਤੇ ਆਪਾਂ ਉੱਥੋਂ ਹੀ ਉਹ ਜਿੰਨਿਆਂ ਨੇ ਪੋਸਟਾਂ ਪਾਈਆਂ ਘੱਟੋ ਘੱਟ 100 ਤੋਂ ਉੱਪਰ ਪੋਸਟ ਪਾਈ ਸੀ ਲੋਕਾਂ, ਜਿਹੜੇ ਵੱਡੇ ਕੈਪਟਨ ਆ ਆਪਣੇ ਆਪ ਨੂੰ ਪਾਉਂਦੇ ਆ, ਸਾਡੇ ਹੰਸਰਾਜ ਹੰਸੀ ਕਈ ਹੋਰ ਵੱਡੇ ਵੱਡੇ ਨੇਤਾ ਹਨ, ਉਹ ਸਾਰਿਆਂ ਦੀਆਂ ਪੋਸਟਾਂ ਜਿਹੜੀਆਂ ਆਪਾਂ ਉਸੇ ਟਾਈਮ ਦਾ ਡਿਊਟੀ ਕਰਾ ਕੇ ਦੁਬਾਰਾ ਸਤਿਗੁਰੂ ਰਵਿਦਾਸ ਮਹਾਰਾਜ ਦੇ ਨਾਮ ਲੈ ਕੇ ਉਹਨੂੰ ਪੋਸਟਾਂ ਨੂੰ ਦੁਬਾਰਾ ਵਾਇਰਲ ਕਰਾਇਆ ਸੀ। ਅਤੇ ਇਸ ਸਾਲ 5% ਲੋਕ ਰਹਿ ਗਏ ਜਿਹੜੇ ਬਹੁਤ ਲੋਕ ਕਹਿੰਦੇ ਸੀਗੇ ਵੀ ਅਸੀਂ ਭਗਤੀ ਕਿੰਨਾ, ਉਹ ਅੱਜ ਸਾਡੀ ਏਕਤਾ, ਸਾਡੇ ਸੰਤ ਸਮਾਜ ਦੀ ਤਾਕਤ, ਸਾਡੇ ਜਥੇਬੰਦੀਆਂ ਦੀ ਤਾਕਤ, ਸਾਡੀ ਸੰਗਤ ਦੀ ਤਾਕਤ। ਅਤੇ ਮੈਂ ਤਾਂ ਪ੍ਰਚਾਰਕਾਂ ਨੂੰ ਬੇਨਤੀ ਕਰਦਾ, ਸਾਡੇ ਬਹੁਤ ਸਤਿਕਾਰਯੋਗ ਮਾਸਟਰ ਜੀ ਸੋਨਾ ਜਿਨ੍ਹਾਂ ਨਾਲ ਬਹੁਤ ਵਿਚਾਰ ਬਦਲਾਂ ਦੀ ਜਦੋਂ ਸਾਨੂੰ ਲੋੜ ਪੈਂਦੀ ਨਾ ਕਿਤੇ ਜਵਾਬ ਦੇਣ ਦੀ ਤਾਂ ਅਸੀਂ ਇਹਨਾਂ ਨੂੰ ਫੋਨ ਕਰਦੇ। ਜੇ ਸੰਤਾਂ ਮਹਾਂਪੁਰਸ਼ਾਂ ਨੇ ਪਛਾਣ ਹੁੰਦੀ ਹੈ ਵੀ ਜਿਹੜੇ ਅਸੀਂ ਇਹਨਾਂ ਨੇ ਇੱਕ ਸੁਝਾਅ ਤਾਂ ਇੱਕ ਗੱਲ ਗੱਲ ਹੁੰਦੀ ਸੀ ਵੀ ਜਿਹੜੇ ਸਾਡੇ ਗ੍ਰਾਮ 'ਚ ਸਿੱਖਿਆ ਉਹ ਅਸੀਂ ਬੁਲਾਉਂਦੇ ਹਾਂ, ਭੇਟਾਂ ਵੀ ਅਸੀਂ ਦਿੰਦੇ ਹਾਂ, ਸੱਦਦੇ ਵੀ ਆਪਾਂ ਹਾਂ, ਅਤੇ ਸਾਡਾ ਇੱਕੋ ਡਰ ਕਰਨਾ ਚਾਹੀਦਾ ਵੀ ਉਹ ਸਾਡੇ ਰਹਿਬਰਾਂ ਨੂੰ ਸਤਿਕਾਰ ਦੇ ਨਾਲ ਨਾਮ ਲੈਣ। ਅੱਜ ਸਾਡਾ ਮੱਕਾ ਮਦੀਨਾ ਰਵਿਦਾਸੀਆ ਧਰਮ ਦਾ ਡੇਰਾ ਸਾਸਕਣ ਬੱਲਾ ਦੀ ਸੰਗਤ ਦੇਖੋ ਪੂਰੀ ਵਰਲਡ 'ਚ ਹੈ। ਜਦ ਤੋਂ ਸਾਰਿਆਂ ਨੇ ਇੱਕ ਸਰੂਪ ਪਾਸ ਕੀਤਾ ਸੀ ਮਹਾਰਾਜ ਨੂੰ ਜਿਹੜਾ ਸਤਿਗੁਰੂ ਰਵਿਦਾਸ ਮਹਾਰਾਜ ਦਾ, ਜਿਸ ਵਿੱਚ ਤਿਲਕ ਤੋਂ ਬਿਨਾਂ ਮਾਲਾ ਤੋਂ ਬਿਨਾਂ ਇੱਕ ਸਰੂਪ ਹੈ। ਮੈਂ ਸਾਰਿਆਂ ਨੂੰ ਪਿਛਲੇ ਸਾਲ ਵੀ ਗਿਆ ਸੀ, ਇਸ ਸਾਲ ਵੀ ਆਪਣੇ ਕੋਲੋਂ ਬੜੀਆਂ ਤਸਵੀਰਾਂ ਮਹਾਰਾਜ ਦੀਆਂ, ਜਿੱਥੇ ਜਿੱਥੇ ਗਏ ਉੱਥੇ ਉੱਥੇ ਉਹ ਨਵਾਂ ਜਿਹੜਾ ਪੋਜ ਆ ਉਹ ਲਾਇਆ ਗਿਆ। ਇੱਕ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾ ਸੋਸਾਇਟੀ ਦੇ ਪੰਜਾਬ ਪ੍ਰਧਾਨ ਸਾਹਿਬ ਕੁਲਵੰਤ ਰਾਮ ਜੀ ਡੇਰਾ ਭਰਮ ਜਿਹੜਾ, ਉਹਨਾਂ ਨੇ ਸੰਘਰਸ਼ ਵਾਲਾ ਪੋਜ ਜਿਹੜਾ ਉਹ ਜਿਹੜਾ ਕੀਤਾ ਸੀ, ਦੋ ਸਰੂਪ ਜਿਹੜੇ ਆ ਆਪਣੇ ਸਮਾਜ ਦੇ ਵਿੱਚ ਪਾਸ ਹੋਏ। ਅੱਜ ਸਿਮਰ ਜੀ ਮਾਨ ਜਿਹੜੀ ਵੀ ਪੋਜ ਸਾਰਿਆਂ ਨੇ ਦੇਖੀ ਆ, ਉਹਨਾਂ ਨੇ ਵੀ ਕਿਹਾ ਸਾਡੇ ਸਾਡਾ ਕਿਹਾ ਸਾਡਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਰਵਿਦਾਸ ਦੀ ਬਾਣੀ ਹੈ ਸਾਡਾ। ਦੇਖੋ ਆਪਣਾ ਇਹਦਾ ਮਤਲਬ ਇੱਕ ਕੌਮ ਦਾ ਨਹੀਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਤਾਂ ਬਾਣੀ ਸਾਰਿਆਂ ਦੀ ਹੈ, ਇਹ ਤਾਂ ਸਰਬ ਸਾਂਝਾ ਜਿਹੜੀ ਆ ਗੁਰੂ ਗ੍ਰੰਥ ਆ ਵੀ ਸਾਰਿਆਂ ਦਾ। ਦਸਾਂ ਗੁਰੂਆਂ ਨੇ ਕਿਹਾ ਸੀ ਵੀ ਅਸੀਂ ਜਾਤ ਪਾਤ ਨੂੰ ਬਚਾਉਣਾ ਅਤੇ ਸਾਰਿਆਂ ਦੀ ਬਾਣੀ ਵਿੱਚ ਦਰਸਾ, ਉਹਨਾਂ ਦਾ ਹੋਕਾ ਸੀਗਾ ਸਭ ਸਿੱਖਾਂ ਕੋਲ ਹੁਕਮ ਹੈ ਗੁਰੂ ਮਾਨ ਨੂੰ ਦਾ, ਫਿਰ ਮੇਰੇ ਕਿੰਤੂ ਪ੍ਰੰਤੂ ਦੀ ਗੱਲ ਨਹੀਂ, ਪਰ ਵਾਰ ਵਾਰ ਆਪਣੇ ਸਮਾਜ ਨੂੰ ਤਾਰ ਗਏ ਇਹ ਆਪਾਂ ਹੀ ਬੋਲਣਾ। ਜੇ ਆਪਾਂ ਨਹੀਂ ਬੋਲਾਂਗੇ, ਪੋਸਟਾਂ ਦੇਖਦੇ ਹਾਂ ਆਪਾਂ ਅਗਾਂਹ ਅਗਾਂਹ ਸ਼ੇਅਰ ਕਰੀ ਜਾਂਦੇ ਹਾਂ, ਪਰ ਉਹਦਾ ਜਵਾਬ ਆਏ ਤਾਂ ਹਾਲਾਤ ਇਹ ਹੋਣੇ ਚਾਹੀਦੇ ਸੀ ਪੂਰੇ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਸਿਮਰ ਜੀ ਮਾਨ ਦੇ ਉੱਪਰ ਦਰਖਾਸਤ ਦਿੱਤੀ ਜਾਣੀ ਚਾਹੀਦੀ ਸੀ ਅਤੇ ਉਹਨੂੰ ਅਖੀਰ ਜਾ ਕੇ ਡੇਰਾ ਸਾਸਣ ਬੰਨਾ ਜਿਹੜਾ ਕਾਂਚੀ ਬਣਾਲੇ ਜਾ ਕੇ ਮੁਆਫ਼ੀ ਮੰਗਣੇ ਆਪਾਂ ਨੂੰ ਉਹਦੇ ਗੋਡੇ ਭਰਨਾ ਚਾਹੀਦਾ ਸੀ। ਸੋ ਆਪਾਂ 13 ਤਰੀਕ ਨੂੰ ਇਸ 13 ਨੂੰ ਜਲੰਧਰ ਦੇ ਵਿੱਚ ਰੱਖਿਆ ਵੀ ਉਹਨੂੰ ਮੰਗ ਪਾ ਦੇਣਾ, ਜਲੰਧਰ ਬੰਦੀ ਕਾਲ ਸ਼ੁਰੂਆਤ ਜਿਹੜੀ ਆ ਆਪਣੇ ਇੱਥੇ ਜਲੰਧਰ ਸ਼ਹਿਰ ਤੋਂ ਕਰਾਂਗੇ ਇਸ 13 ਵਜੇ ਸਾਰੇ ਇਕੱਠੇ ਹੋਵਾਂਗੇ। ਆ ਪਿੱਛੇ ਸ਼ੋਭਾ ਯਾਤਰਾ ਵੀ ਸਾਡੀ ਮੱਗੇ ਸ਼ਹਿਰ ਦੇ ਵਿੱਚ ਨਵੇਂ ਸ਼ਹਿਰ ਦੇ ਵਿੱਚ ਲਖਨਪੁਰ ਦੇ ਵਿੱਚ ਉੱਥੇ ਵੀ ਇੱਦਾਂ ਹੀ ਸਾਡੀਆਂ ਮਤਾਵਾਂ ਪਿਆਰਾਂ ਕੱਢੀਆਂ, ਲੋਕ ਜਿਹੜੇ ਸ਼ਰਾਬ ਦੀ ਆਂਸਰ ਹੈ ਉੱਥੇ ਵੀ ਇੱਦਾਂ ਹੀ ਕੀਤਾ, ਉਹਨਾਂ ਦੇ ਪਰਚਾ ਨਹੀਂ ਕੀਤਾ ਕੱਲ੍ਹ ਕਹਿੰਦਾ। ਮੈਂ ਤਾਂ ਬੜੀਆਂ ਘਟਨਾਵਾਂ ਆਪਣੇ ਕੋਲ ਹੈਗੀਆਂ ਪਰ ਮੈਂ ਤੁਹਾਨੂੰ ਵਾਰ ਵਾਰ ਸੁਣਾਉਂਦਾ ਵੀ ਜਿੰਨੇ ਤੱਕ ਤੁਸੀਂ ਇਕੱਠੇ ਨਹੀਂ ਹੁੰਦੇ ਨਾ ਸਾਹ ਦਾ ਨਾਲ ਨਹੀਂ ਮਾਰਦੇ ਸਾਡੇ ਲੋਕਾਂ ਦੇ ਅੱਤਿਆਚਾਰ ਜਿਹੜੇ ਇਹ ਹੁੰਦੇ ਰਹਿਣੇ, ਆਪਾਂ ਆਪਣੇ ਗੁਰੂਆਂ ਨੂੰ ਉੱਪਰ ਲੈ ਕੇ ਆਉਣਾ, ਬਾਕੀ ਪਰਚੇ ਹੁੰਦੇ ਰਹਿਣੇ ਦੁਨੀਆਂ 'ਚ ਬੋਲੀ ਜਾਣਾ ਸਾਰਿਆਂ ਨੇ, ਪਰ ਆਪਣੇ ਸਮਾਜ ਇਕੱਤਰਿਤ ਹੋਈਏ। ਅੱਜ ਮੈਂ ਗੁਰਪਾਲ ਸਾਹਿਬ ਦੇ ਨਾਲ ਬਹੁਤ ਚਿਰ ਤੋਂ ਸਾਡੇ ਇੱਥੇ ਸਾਡੇ ਫਾਦਰ ਸਾਹਿਬ ਰਿਸ਼ਤੇਦਾਰੀ ਵੀ ਆ, ਸਾਡੇ ਪਰਿਵਾਰ 'ਚ ਵੀ ਆ, ਅਤੇ ਮਾਣ ਹੋਇਆ ਵੀ ਇੱਥੇ ਦੁਬਾਰਾ ਆਪ ਮੈਂ ਨਹੀਂ ਸੋਚਿਆ ਵੀ ਇੱਥੇ ਆ ਕੇ ਬੋਲਾਂਗੇ ਆਪਾਂ। ਸਰਪੰਚ ਸਾਹਿਬ ਨੇ ਬੜਾ ਸੰਘਰਸ਼ ਕੀਤਾ, ਅੱਜ ਜ਼ਮੀਨ ਹਵਾਲ ਕੀਤੀ, ਜੇਕਰ ਨਾ ਲੜਦੇ ਤਾਂ ਜਿਹਨਾਂ ਕੋਲ ਕਬਜ਼ਾ ਹੈਗਾ ਤਾਂ ਹੈਗਾ ਹੀ ਆ ਚੱਲੇ ਜਾਣੇ। ਮੈਂ ਇਹਨਾਂ ਦੇ ਨਾਲ ਆ ਸਾਡੀ ਸਮਾਰੀ ਜਥੇਬੰਦੀ ਪੰਜਾਬ ਦੇ ਸੰਤ ਸਮਾਜ ਆਪਾਂ ਇਹਨਾਂ ਨੂੰ ਗੀਤ ਗਾਉਂਦੇ ਹਾਂ ਵੀ ਅੱਗੇ ਤੋਂ ਜਿੱਥੇ ਟੂਟੀ ਲਾਓਗੇ ਟੂਟੀ ਗੁਰੂ ਗ੍ਰੰਥ ਸਾਹਿਬ ਟੈਕਟ ਹੋਵੇ ਸਾਡੇ ਸਾਥੀ, ਚਾਹੇ ਡੀ ਜੀ ਪੀ ਤੱਕ ਜਾਣਾ ਪਵੇ, ਚਾਹੇ ਹਾਈ ਕੋਰਟ 'ਤੇ ਜਾਣਾ ਪਵੇ, ਸੁਪਰੀਮ ਕੋਰਟ ਕਰੋ, ਸਾਰੇ ਕੁਝ ਆਪਣੀ ਆਪਾਂ ਤਨਵਾਨ ਧੰਨ ਦੇ ਨਾਲ ਹੀ ਤੁਹਾਡੇ ਨਾਲ ਖੜੇ ਹਾਂ। ਬਸ ਆਪਣਾ ਰਹਿਬਰਾਂ ਦਾ ਜਿਹੜਾ ਹੜਦਾ ਨਿਸ਼ਾਨ ਹੈ ਝੂਲਦਾ ਰੱਖਣਾ,
अज वो समा आया पहला भी सानू मोहताज ही है आप उन्होंने को मंगते होंगे भी साढ़ा आह काम करा दो पर अज साढ़े शेर बैठे हैं ये आप जाते हैं कचहरिया थाने बड़े बड़े अफसर ने गल करते हैं ये कि बदौलत बाबा साहब अंबेडकर जी ने सानू संविधान दिता रचनावां लिखिया भी आप कि गल करनी है कि